ਖਾਲਸਾ ਪੰਥ ਦੀ 305 ਸਾਲਾ ਵਰੇਗਨ ਜਨਮ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਜੀ। ਅਸੀਂ ਵਿਦੇਸ਼ੀ ਮਿਊਜ਼ਿਕ ਮਸ਼ੀਨ ਵੱਲੋਂ ਆਪ ਦੇ ਸਾਹਮਣੇ ਦੁਆ ਪੇਸ਼ ਕਰਾਂਗੇ। ਔਰ ਰਲ ਕੇ ਉਸ ਪਰਮਾਤਮਾ ਦਾ ਨਾਂ ਲਈਏ। ਉੱਚਾ ਕਰ ਬਾਬੇ ਨਾਨਕ ਦਾ, 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 ਉੱਚਾ ਕਰ ਬਾਬੇ ਨਾਨਕ ਦਾ। ਮੈਂ ਸੋਭਾ ਸੁਣ ਕੇ ਆਇਆ, ਉੱਚਾ ਕਰ ਬਾਬੇ ਨਾਨਕ ਦਾ, ਉੱਚਾ ਕਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ, ਉੱਚਾ ਕਰ ਬਾਬੇ ਨਾਨਕ ਦਾ। ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ। ਮੈਂ ਸੋਭਾ ਸੁਣ ਕੇ ਆਇਆ, ਉੱਚਾ ਕਰ ਬਾਬੇ ਨਾਨਕ ਦਾ, ਉੱਚਾ ਕਰ ਬਾਬੇ ਨਾਨਕ ਦਾ। ਬਹੁਤ ਸਾਰੇ ਸਿੱਖਾਂ ਦਾ ਬਹੁਤ ਬਹੁਤ ਯੋਗਦਾਨ ਹੈ। ਉਹਨਾਂ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਐਸੇ ਹੋਏ ਜਿਹਨਾਂ ਨੇ ਆਪਣਾ ਬਲੀਦਾਨ ਦਿੱਲੀ ਵਿਖੇ ਕਿੱਦਾਂ ਦਿੱਤਾ, ਉਹ ਬੂਟਾ ਜੀ ਆਪਣੇ ਲਫ਼ਜ਼ਾਂ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ। ਮਸਜਿਦ
ਚੱਲਦਾ ਏ ਸੀਸ ਉੱਤੇ ਆਰਾ ਮੁਖ ਸਤਨਾਮ ਬੋਲਦਾ ਅੱਖਾਂ ਚੱਲਦਾ ਏ ਸੀਸ ਉੱਤੇ ਆਰਾ ਮੁਖ ਸਤਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੁਖ ਸਤਨਾਮ ਬੋਲਦਾ ਅੱਖਾਂ ਚੱਲਦਾ ਏ ਸੀਸ ਉੱਤੇ ਆਰਾ ਦੇਸੀ ਮਿਊਜ਼ਿਕ ਮਸ਼ੀਨ ਵਿਸਾਖੀ ਮੇਲੇ ਉਲਵਾਹਟਨ ਦੇ ਇੱਕ ਵਾਰੀ ਫੇਰ ਹਾਜ਼ਰੀ ਲਾ ਰਹੇ ਹਾਂ। ਇਹਨਾਂ ਨੂੰ ਇਨਾਮ ਪੇਸ਼ ਕਰਨ ਲੱਗੇ ਆਪਣੇ ਨਿਊ ਹਰਟ ਰੋਡ ਗੁਰਦੁਆਰੇ ਦੇ ਪ੍ਰਧਾਨ ਜਗਜੀਤ ਸਿੰਘ ਬਾੜਾ ਜੀ, ਤੁਸੀਂ ਸਟੇਜ 'ਤੇ ਆ ਕੇ ਪਲੀਜ਼ ਇਹਨਾਂ ਨੂੰ ਇਨਾਮ ਪੇਸ਼ ਕਰੋ। ਪ੍ਰਦੇਸੀ ਮਿਊਜ਼ਿਕ ਮਸ਼ੀਨ ਬੂਟਾ ਪ੍ਰਦੇਸੀ ਔਰ ਹਰਚਰਨ ਪ੍ਰਦੇਸੀ ਮੇਲੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਚੱਲੇ। ਥੈਂਕ ਯੂ। ਉਧਰ ਹੀ ਪੰਜਾਬੀ ਸਭ ਤੋਂ ਅੱਗੇ ਮੈਂ ਕਰਾਂ ਦੁਆਵਾਂ, ਕਦੇ ਇਹਨਾਂ ਨੂੰ ਤੱਤੀ ਵਾਹ ਨਾ ਲੱਗੇ। ਮਿਹਨਤ ਕਰਕੇ ਹਰ ਪਾਸੇ ਕੀਤੀ ਨਾ ਖੁਸ਼ਹਾਲੀ, ਸੱਚੇ ਸੁੱਚੇ ਬੰਦਿਆਂ ਦੀ ਡਾਢਾ ਰੱਬ ਕਰਦਾ ਰਖਵਾਲੀ। ਉਹ ਸੱਚਾ ਰੱਬ ਕਰਦਾ ਰਖਵਾਲੀ, ਕਿਉਂਕਿ ਕਹਿੰਦੇ ਆ ਕਿ ਰੱਬ ਦੇ ਰੰਗ ਵਿੱਚ ਜੋ ਵੀ ਰੰਗਦਾ ਉਹ ਨਾ ਉਸ ਕੋਲੋਂ ਕੁਝ ਮੰਗਦਾ, ਬਿਨ ਮੰਗਿਆ ਮਿਲ ਜਾਂਦਾ ਸਭ ਕੁਝ, ਹਰ ਪਲ ਖੁਸ਼ੀਆਂ ਭਰਿਆ ਲੰਘਦਾ। ਦੋਸਤੋ ਹੁਕਮ ਹੋਇਆ ਸਿਰਫ ਇੱਕ ਗੀਤ ਪੇਸ਼ ਕਰੂੰਗਾ, ਮਿਊਜ਼ਿਕ ਮਾਈਂਡ ਕੰਪਨੀ ਰਾਹੀਂ ਹੁਣੇ ਹੁਣੇ ਰਿਲੀਜ਼ ਕੀਤੀ ਕਿਸੇ ਖਬਰਾਂ ਦੇ ਵਿੱਚੋਂ, ਸਰਦਾਰ ਊਧਮ ਸਿੰਘ ਜੀ, ਜਿਹੜਾ ਕਿ ਤੁਸੀਂ ਕੁਛ ਹੀ ਦਿਨਾਂ ਦੇ ਵਿੱਚ ਸਾਰੇ ਚੈਨਲਾਂ 'ਤੇ ਵੇਖੋਗੇ, ਜਿਸ ਦੀ ਵੀਡੀਓ ਸਾਡੇ ਬਿਲ ਕੁਨਰ ਸਾਹਿਬ ਬਣਾ ਰਹੇ ਨੇ। ਖਬਰਾਂ ਜਿਹੜਾ ਮੇਰੇ ਗੱਲ ਕਰੇ ਰਿਜ਼ਕਾਰ ਦੀ, ਕੌਣ ਜਾਣ ਸੋਚ ਕੀ ਅਸਰਦਾਰ ਦੀ।
ਜਦੋਂ ਵੀ ਕਿਉਂਕਿ ਸਰਦਾਰ ਊਧਮ ਸਿੰਘ ਬਹੁਤ ਸਮਾਂ ਇੰਗਲੈਂਡ ਦੇ ਵਿੱਚ ਇੰਗਲੈਂਡ ਦੀ ਧਰਤੀ 'ਤੇ ਰਹੇ ਨੇ ਜਦੋਂ ਵੀ ਉਹਨਾਂ ਦੇ ਦੋਸਤ ਕੋਈ ਵੀ ਗੱਲ ਪੁੱਛਦੇ ਸੀ ਕਿ ਸਰਦਾਰ ਊਧਮ ਸਿੰਘ ਨੂੰ ਕਹਿੰਦੇ ਸੀ ਕੋਈ ਕੰਮ ਕਰਨਾ ਤਾਂ ਊਧਮ ਸਿੰਘ ਦੀ ਇੱਕੋ ਹੀ ਗੱਲ ਹੁੰਦੀ ਸੀ ਕਿ ਸਰਦਾਰ ਊਧਮ ਸਿੰਘ ਨੇ ਇੱਕੋ ਹੀ ਕੰਮ ਕਰਨਾ ਜਿਹੜੀਆਂ ਦੁਨੀਆਂ 'ਤੇ ਖਬਰਾਂ ਆਉਣਗੀਆਂ ਸਿਰਜਣਾ 1699 ਦੇ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਬਿਲਕੁਲ ਨਵਾਂ ਸ਼ਬਦ ਮੇਰੀ ਆਉਣ ਵਾਲੀ ਧਾਰਮਿਕ ਟੇਪ ਦੇ ਵਿੱਚੋਂ ਆਪ ਸਭ ਦੇ ਲਈ ਹਾਜ਼ਰ ਹੈ ਅਤੇ ਉਸ ਕੌਮ ਦੀ ਗੱਲ ਜਿਹਦੇ ਕੋਲੋਂ ਮੌਤ ਵੀ ਥਰ ਥਰ ਕੰਬਦੀ ਕੇਰਾ